ਪੰਛੀਆਂ ਨਾਲ ਗੱਲਾਂ ਕੀਤੀਆਂ ਮੈਂ ਪਰਸੋਂ ਅੰਬ ਤੇ ਦੋ ਬੈਠੀਆਂ ਚਿੜੀਆਂ ਬੁਲਾਈਆਂ ਕਿ ਖੁਦ ਪੰਛੀ ਜਿਹਾ ਬਣ ਕੇ ਮੈਂ ਉਹ ਗੱਲਾਂ ਚਲਾ ਲਈਆਂ ਕਿ ਖੁਦ ਪੰਛੀ ਜਿਹਾ ਬਣ ਕੇ ਮੈਂ ਉਹ ਗੱਲਾਂ ਚਲਾ ਲਈਆਂ ਮੈਂ ਪਰਸੋਂ ਅੰਬ ਤੇ ਮੈਂ ਇਹ ਡਰਦੇ ਜਹੇ ਪੁੱਛਿਆ ਕੀ ਕਾਰਨ ਚੈ ਚਹਾਉਣੇ ਦਾ ਉਹਨਾਂ ਮੈਨੂੰ ਵੀ ਪੁੱਛਿਆ ਕੀ ਤੇਰਾ ਮਤਲਬ ਹੈ ਗਾਉਣੇ ਦਾ ਮੈਂ ਇਹ ਡਰਦੇ ਜਹੇ ਪੁੱਛਿਆ ਕੀ ਕਾਰਨ ਚੈ ਚਹਾਉਣੇ ਦਾ ਉਹਨਾਂ ਮੈਨੂੰ ਵੀ ਪੁੱਛਿਆ ਕੀ ਤੇਰਾ ਮਤਲਬ ਹੈ ਗਾਉਣੇ ਦਾ ਫੇ ਆਪਾਂ ਇੱਕ ਦੂਜੇ ਨੂੰ ਹੀ ਕੁਝ ਨਜ਼ਮਾਂ ਸੁਣਾ ਲਈਆਂ ਮੈਂ ਪਰਸੋਂ ਅੰਬ ਤੇ ਦੋ ਬੈਠੀਆਂ ਚਿੜੀਆਂ ਬੁਲਾ ਲਈਆਂ ਮੈਂ ਪਰਸੋਂ ਮਸ਼ਵਰਾ ਦਿੱਤਾ ਤੂੰ ਸੋਹਣੇ ਨੂੰ ਮਨਾ ਜਾ ਕੇ ਉਹ ਕਿੱਥੇ ਹੈ ਤੇ ਕਿੱਦਾਂ ਹੈ ਤੂੰ ਇਹ ਵੀ ਕਰ ਪਤਾ ਜਾ ਕੇ ਉਹਨਾਂ ਨੇ ਮਸ਼ਵਰਾ ਦਿੱਤਾ ਤੂੰ ਸੋਹਣੇ ਨੂੰ ਮਨਾ ਜਾ ਕੇ ਉਹ ਕਿੱਥੇ ਹੈ ਤੇ ਕਿੱਦਾਂ ਹੈ ਤੂੰ ਇਹ ਵੀ ਕਰ ਪਤਾ ਜਾ ਕੇ ਜੀ ਚਿੜੀਆਂ ਸੜ ਜੀ ਚਿੜੀਆਂ ਘਰ ਸਾਡੇ ਆਉਣ ਜੀ ਮੈਂ ਵੀ ਮਨਾ ਲਈਆਂ ਕਿ ਚਿੜੀਆਂ ਘਰ ਸਾਡੇ ਆਉਣ ਜੀ ਮੈਂ ਵੀ ਮਨਾ ਲਈਆਂ ਮੈਂ ਪਰਸੋਂ ਅੰਬ ਤੇ ਦੋ ਬੈਠੀਆਂ ਚਿੜੀਆਂ ਬੁਲਾ ਲਈਆਂ ਕਿ ਖੁਦ ਪੰਛੀ ਜਿਹਾ ਬਣ ਕੇ ਮੈਂ ਉਹ ਗੱਲਾਂ ਤੇ ਦੋ ਬੈਠੀ
ਕਿ ਹੁਣ ਸਰਤਾਜ ਦਾ ਦਿਨ ਲੰਘਦਾ ਏ ਇੰਤਜ਼ਾਰਾਂ ਚ, ਕਿ ਹੁਣ ਪਹਿਚਾਣ ਦਾ ਰਹਿੰਦਾ ਉਹਨਾਂ ਚਿੜੀਆਂ ਨੂੰ ਡਾਰਾਂ ਚ, ਕਿ ਹੁਣ ਸਰਤਾਜ ਦਾ ਦਿਨ ਲੰਘਦਾ ਏ ਇੰਤਜ਼ਾਰਾਂ ਚ, ਕਿ ਹੁਣ ਪਹਿਚਾਣ ਦਾ ਰਹਿੰਦਾ ਉਹਨਾਂ ਚਿੜੀਆਂ ਨੂੰ ਡਾਰਾਂ ਉਹਨਾਂ ਦੇ ਵਾਸਤੇ ਪੰਛੀ ਜਿਹਾ ਬਣ ਕੇ ਮੈਂ ਉਹ ਗੱਲਾਂ ਚ ਲਾ ਲਈਆਂ, ਪਰਸੋਂ ਅੰਬ ਤੇ ਦੋ ਬੈਠੀਆਂ ਚਿੜੀਆਂ।